ਕਿ ਵਾਰਸ ਦੇ ਬੇਸ਼ੱਕ ਵੰਡੇ ਗਏ ਨੇ ਵਾਰਸ ਵੰਡਣ ਵਾਲੇ ਨੇ ਵਾਰਸ ਦੇ ਬੇਸ਼ੱਕ ਵੰਡੇ ਗਏ ਨੇ ਵਾਰਸ ਪਰ ਵਾਰਸਾਂ ਤੋਂ ਵਾਰਸ ਵੰਡਿਆ ਨਹੀਂ ਜਾਣਾ ਪੰਜਾਬ ਦੇ ਬੇਸ਼ੱਕ ਬਣ ਗਏ ਪੰਜਾਬ ਕਈ ਪੰਜਾਬ ਤੋਂ ਪੰਜਾਬ ਹੈ ਪਰ ਵੰਡਿਆ ਨਹੀਂ ਜਾਣਾ ਮੇਟ ਕੇ ਲਕੀਰ ਇੱਕ ਦਿਨ ਮਿਲਣਗੇ ਵੀਰ ਇੱਕ ਦਿਨ ਚਮਕੇਗੀ ਤਕਦੀਰ ਇੱਕ ਦਿਨ ਬਦਲੇਗੀ ਤਸਵੀਰ ਇੱਕ ਦਿਨ ਕੰਧਾਂ ਤੇ ਵਾੜਾਂ ਦੀ ਹੋਣੀ ਅਖੀਰ ਇੱਕ ਦਿਨ ਇਕੱਠੇ ਹੋ ਕੇ ਗਾਵਾਂਗੇ ਵਾਰਸ ਦੀ ਖੀਰ ਇੱਕ ਦਿਨ ਤੇ ਕੀ ਗਾਵਾਂਗੇ ਕਰਤਾਰਪੁਰ ਦਾ ਲਾਂਘਾ ਇੱਕ ਇਹੋ ਜਿਹੀ ਰੋਸ਼ਨੀ ਲੈ ਕੇ ਆਇਆ ਜਿਹਨੇ ਸਾਡੀ ਧਰਤੀ ਦੇ ਆਲੇ ਦੁਆਲੇ ਦੇ ਬਹੁਤ ਸਾਰੇ ਹਨੇਰੇ ਚੀਰ ਦਿੱਤੇ ਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਿੱਥੇ ਕੋਈ ਚਾਦਰ ਚੀਰੀ ਗਈ ਸੀ ਉੱਥੇ ਕੋਈ ਬਾਅਦ 'ਚ ਪੰਜਾਬ ਵੀ ਚੀਰਿਆ ਗਿਆ ਤੇ ਜਦੋਂ ਪੰਜਾਬ ਚੀਰਿਆ ਗਿਆ ਦੋਨੇ ਬੰਨੇ ਨਫ਼ਰਤਾਂ ਦਾ ਇੱਕ ਤੂਫਾਨ ਉੱਠ ਖੜਾ ਹੋਇਆ ਪਰ ਜਦੋਂ ਚੀਰੇ ਹੋਏ ਪੰਜਾਬ ਦੇ ਵਿੱਚੋਂ ਬੇਸ਼ੱਕ ਛੋਟਾ ਜਿਹਾ ਲਾਂਘਾ ਦੀ ਗੱਲ ਚੱਲੀ ਹੈ ਬੇਸ਼ੱਕ ਅਜੇ ਕੋਰੀਡੋਰ ਦੀ ਗੱਲ ਚੱਲੀ ਹੈ ਉਦੋਂ ਪਿਆਰ ਦੀ ਮੁਹੱਬਤ ਦੀ ਗੱਲ ਚੱਲੀ ਹੈ ਉਹਦੇ ਲਈ ਪੂਰੀ ਸਿੱਖ ਕੌਮ ਦੀਆਂ 71 ਵਰਿਆਂ ਦੀਆਂ ਅਰਦਾਸਾਂ ਜਿਹੜੀਆਂ ਹਰ ਸਿੱਖ ਨੇ ਸਵੇਰੇ ਅਤੇ ਸ਼ਾਮ ਕੀਤੀਆਂ ਹਰ ਗੁਰਦੁਆਰੇ 'ਚ ਹੋਈਆਂ ਹਰ ਇਤਿਹਾਸਿਕ ਸਥਾਨ ਦੇ ਉੱਤੇ ਹੋਈਆਂ ਜਿਹੜੀਆਂ 71 ਸਾਲ ਦੀਆਂ ਅਰਦਾਸਾਂ ਸੀ ਉਹਨਾਂ ਨੂੰ ਬੂਰ ਪਿਆ ਬੇਸ਼ੱਕ ਉਹਦੇ ਲਈ ਦੋਨਾਂ ਪਾਸਿਆਂ ਤੋਂ ਬਹੁਤ ਸੁਹਿਰਦ ਲੋਕ ਸਨ ਜਿਨ੍ਹਾਂ ਨੇ 71 ਸਾਲ ਹੀ ਯਤਨ ਕੀਤੇ ਪਰ ਅਰਦਾਸਾਂ ਦਾ ਫਲ ਸੀ ਕਿ ਦੋਨਾਂ ਦੇਸ਼ਾਂ ਦੇ ਪ੍ਰਾਈਮ ਮਿਨਿਸਟਰਾਂ ਨੇ ਦੋਨਾਂ ਦੇਸ਼ਾਂ ਦੇ ਜਿਹੜੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਇੱਕ ਤਰ੍ਹਾਂ ਦਾ ਲਾਂਘਾ ਜੋੜਨ ਦੀ ਗੱਲ ਕੀਤੀ ਬੇਸ਼ੱਕ ਸਰਦਾਰ ਕੁਲਦੀਪ ਸਿੰਘ ਵਡਾਲਾ 18 ਸਾਲ ਅਰਦਾਸਾਂ ਕਰਨ ਜਾਂਦੇ ਰਹੇ ਬੇਸ਼ੱਕ ਇਮਰਾਨ ਖਾਨ ਦੀ ਦੋਸਤੀ ਰੰਗ ਲਿਆਈ ਪਰ ਉਹਦੇ ਪਿੱਛੇ ਇੱਕ ਸਿੱਖਾਂ ਦੀਆਂ ਅਰਦਾਸਾਂ ਦੀ ਗੱਲ ਖੜੀ ਹੋਈ ਸੀ ਸਾਡਾ ਇਹ ਵਿਸ਼ਵਾਸ ਹੈ ਔਰ ਇਹ ਵਿਸ਼ਵਾਸ ਹੀ ਸਾਨੂੰ ਅਗਾਂਹ ਲੈ ਕੇ ਜਾ ਸਕਦਾ ਔਰ ਇਹ ਵਿਸ਼ਵਾਸ ਅੱਜ ਜਦੋਂ ਲਾਂਘਾ ਖੁੱਲ੍ਹ ਗਿਆ ਉਦੋਂ ਨਹੀਂ ਇਹ ਵਿਸ਼ਵਾਸ ਸਾਨੂੰ ਜਦੋਂ ਬਿਲਕੁਲ ਹਨੇਰਾ ਸੀ ਉਦੋਂ ਵੀ ਰਿਹਾ ਮੈਂ ਉਹਦੀ ਉਦਾਹਰਨ ਵਜੋਂ ਇੱਕ ਗੱਲ ਕਹਿਣੀ ਹੈ ਕਿ ਜਿਹੜਾ ਸਹੀ ਅਰਥਾਂ ਵਿੱਚ ਸਿੱਖ ਸੀ ਜਿਹੜਾ ਸਹੀ ਅਰਥਾਂ ਵਿੱਚ ਗੁਰੂ ਦੀ ਉਸ ਪੈਗੰਬਰੀ ਸੋਚ ਨਾਲ ਜੁੜਿਆ ਹੋਇਆ ਸੀ ਉਹਨੂੰ ਇਹ ਵਿਸ਼ਵਾਸ ਰਿਹਾ ਉਹਦੇ ਲਈ ਮੈਂ ਇੱਕ ਉਦਾਹਰਨ ਕਿ ਮੇਰੀ ਇੱਕ ਕਿਤਾਬ 1999 ਦੇ ਵਿੱਚ ਛਪੀ ਸੀ ਸਾਡੇ ਸਮੇਂ ਦਾ ਪੰਜਾਬ ਉਹੀ ਕਿਤਾਬ 2002 ਦੇ ਵਿੱਚ ਪਾਕਿਸਤਾਨੀ ਪੰਜਾਬ ਦੇ ਵਿੱਚ ਜਾਣੀ ਕਿ ਜਿਹੜਾ ਸਾਡਾ ਇਧਰਲਾ ਪੰਜਾਬ ਸੀ ਉੱਥੇ ਜਾ ਕੇ ਛਪੀ ਲਾਹੌਰ ਅਦਬੀ ਬੋਰਡ ਨੇ 2002 ਦੇ ਵਿੱਚ ਲਾਹੌਰ ਪ੍ਰੈਸ ਕਲੱਬ ਦੇ ਵਿੱਚ ਇਹਨੂੰ ਰਿਲੀਜ਼ ਕੀਤਾ ਲੰਬੀਆਂ ਕਵਿਤਾਵਾਂ ਨੇ ਕਿਤਾਬ ਦਾ ਨਾਂ ਸਾਡੇ ਸਮਿਆਂ ਦਾ ਪੰਜਾਬ ਸਾਰੀਆਂ ਕਵਿਤਾਵਾਂ ਪੰਜਾਬ ਦੀਆਂ ਨੇ ਉਹਦੇ ਵਿੱਚੋਂ ਮੈਂ ਸਿਰਫ ਚਾਰ ਕੁ ਚੰਦ ਕੁ ਲੈਣਾ ਆਪ ਸਭ ਨਾਲ ਸਾਂਝੀਆਂ ਕਰ ਲੈਣੀਆਂ ਨੇ ਉਹ ਸੋਚ ਦਾ ਪਤਾ ਲੱਗ ਸਕੇ ਕਿ ਕੋਈ ਸਾਡੇ ਵਿਰਸਾ ਸਾਂਝਾ ਸਾਡਾ ਸੱਭਿਆਚਾਰ ਸਾਂਝਾ ਸਾਡੀ ਸੋਚ ਸਾਂਝੀ ਸਾਡੀ ਬੋਲੀ ਸਾਂਝੀ ਅਤੇ ਜੇ ਕਿਤੇ ਵਾਗੇ ਦੇ ਬਾਰਡਰ ਦੇ ਉੱਤੇ ਅੱਜ ਤਾਂ ਵਾੜਾਂ ਹੀ ਖੜੀਆਂ ਕੀਤੀਆਂ ਜੇ ਕਿਤੇ ਉੱਚੀਆਂ ਉੱਚੀਆਂ ਕੰਧਾਂ ਵੀ ਖੜੀਆਂ ਕਰ ਦਿੱਤੀਆਂ ਜਾਂਦੀਆਂ 100 ਸਾਲ ਨਹੀਂ ਹਜ਼ਾਰਾਂ ਸਾਲ ਖੜੀਆਂ ਕਰ ਦਿੱਤੀਆਂ ਜਾਂਦੀਆਂ ਜਦੋਂ ਕਿਤੇ ਉਸ ਕੰਧ ਦੇ ਵਿੱਚੋਂ ਇੱਕ ਇੱਟ ਭੁਰਦੀ ਤਾਂ ਇੱਧਰਲੇ ਬੰਨੇ ਦੇਖਣ ਵਾਲੇ ਨੇ ਕਹਿਣਾ ਸੀਗਾ ਸਤਿ ਸ਼੍ਰੀ ਅਕਾਲ ਸਰਦਾਰ ਜੀ ਅਤੇ ਦੂਜੇ ਬੰਨੇ ਸਰਦਾਰ ਜੀ ਨੇ ਕਹਿਣਾ ਸੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਊ ਜੀ ਜਾਂ ਸਲਾਮ ਭਾਊ ਜੀ ਇਹ ਸ਼ਬਦ ਕਹਿਣੇ ਸੀ ਕਿਉਂਕਿ ਸਾਡੀ ਬੋਲੀ ਇੱਕੋ ਹੈ ਸਾਡੀ ਸੋਚ ਸਾਡਾ ਸੱਭਿਆਚਾਰ ਇੱਕੋ ਹੈ ਸਾਡੇ ਦਰਿਆ ਇੱਕੋ ਨੇ ਅਤੇ ਸਾਡੇ ਗੁਰੂਆਂ ਦਾ ਸਾਡੇ ਪੈਗੰਬਰਾਂ ਦਾ ਫਲਸਫਾ ਇੱਕੋ ਹੈ ਜਦੋਂ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ ਤੇ ਜੇ ਕਿਤੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਓ ਕਹਿੰਦੇ ਨੇ ਸਭੇ ਸਾਂਝੀ ਵਾਲ ਸਦਾਇਣ ਕੋਈ ਨਾ ਦੱਸੇ ਬਾਰਾ ਜੀਓ ਤੇ ਜੇ ਕਿਤੇ ਗੁਰੂ ਅਰਜਨ ਦੇਵ ਨੂੰ ਪੁੱਛੀਏ ਉਹ ਕਹਿੰਦੇ ਨੇ ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਣਿਆਈ ਸ਼ਾਇਦ ਕਈਆਂ ਲਈ ਹੈਰਾਨੀ ਦਾ ਵਿਸ਼ਾ ਹੋਵੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਜੀ ਦੀ ਬਾਣੀ ਦਰਜ ਹੈ ਔਰ ਅਸੀਂ ਉਹਨੂੰ ਬਿਲਕੁਲ ਜਿੱਦਾਂ ਗੁਰੂਆਂ ਦੀ ਬਾਣੀ ਨੂੰ ਮੱਥਾ ਟੇਕਦੇ ਹਾਂ ਉਹ ਤਾਂ ਬਾਬਾ ਫਰੀਦ ਜੀ ਨੂੰ ਵੀ ਮੱਥਾ ਟੇਕਦੇ ਹਾਂ ਤੇ ਕਿੰਨੀ ਵੱਡੀ ਸਾਂਝੀਵਾਲਤਾ ਦੀ ਸੋਚ ਹੈ ਕਿ ਜਦੋਂ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ ਕਬੂ ਚੱਲ ਨਾ ਆਇਆ ਪੰਜੇ ਵਕਤ ਮਸੀਤ ਤੇ ਗੁਰੂ ਨਾਨਕ ਸਾਹਿਬ ਨੂੰ ਆਪ ਲਿਆ ਕੇ ਚੱਕ ਕੇ ਗੁਰੂ ਗ੍ਰੰਥ ਸਾਹਿਬ ਦਰਜ ਕਰ ਦਿੰਦੇ ਨੇ ਤੇ ਹਰ ਸਿੱਖ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਇਹਦਾ ਪੰਕਜ ਨੂੰ ਮੱਥਾ ਟੇਕਦਾ ਹੈ ਸੋਚ ਇੱਕੋ ਹੈ ਕਿ ਜੇ ਕੋਈ ਮੁਸਲਮਾਨ ਹੈ ਤਾਂ ਚੰਗਾ ਮੁਸਲਮਾਨ ਰਹੇ ਪੰਜ ਵਕਤ ਦੀ ਨਮਾਜ਼ ਵੀ ਪੜ੍ਹੇ ਬਿਲਕੁਲ ਉਹ ਸਿਧਾਂਤਾਂ ਨੂੰ ਤੁਰੇ ਜੇ ਕੋਈ ਚੰਗਾ ਹਿੰਦੂ ਹੈ ਤੇ ਚੰਗਾ ਜੇ ਕੋਈ ਹਿੰਦੂ ਹੈ ਤੇ ਚੰਗਾ ਹਿੰਦੂ ਬਣੇ ਜੇ ਕੋਈ ਸਿੱਖ ਹੈ ਤੇ ਚੰਗਾ ਸਿੱਖ ਬਣੇ ਸ਼ਾਇਦ ਹੀ ਇੱਡੀ ਪੱਧਰ ਦੀ ਗੱਲ
ਹੋਰ ਕਿਤੇ ਨਾ ਆਖੀ ਗਈ ਜਾਂ ਧਾਰਮਿਕ ਗ੍ਰੰਥ ਨਹੀਂ ਜਿਹਨਾਂ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਕਰਕੇ ਮੰਨਦੇ, ਜਿਹੜਾ ਸਾਡਾ ਇਸ਼ਟ ਹੈ, ਜਿੱਥੋਂ ਅਸੀਂ ਸਾਰੀਆਂ ਖੁਸ਼ੀਆਂ ਲੈਣੀਆਂ, ਜਿਹਦੇ ਮੂਹਰੇ ਸਾਰੀਆਂ ਅਰਦਾਸਾਂ ਕਰਦੇ ਹਾਂ, ਜਿਹਦੇ ਮੂਹਰੇ ਸਾਰੀਆਂ ਅਰਜੋਈਆਂ ਕਰਦੇ ਹਾਂ, ਜਿਹਦੇ ਮੂਹਰੇ ਸਾਰੀਆਂ ਜੋਦੀਆਂ ਕਰਦੇ ਹਾਂ, ਉਹਦੇ ਵਿੱਚ ਐਲਾਨ ਹੈ ਕਿ ਬੇਨਵਾਚਾ ਕੁੱਤਿਆ ਆਏ ਨਾ ਭਲੀ ਰੀਤ, ਕਬੂ ਚੱਲਣਾ ਆਇਓ ਪੰਜੇ ਵਕਤ ਮਸੀਤ। ਸੋ ਇਹ ਜਿਹੜੀ ਸੋਚ ਆ, ਉਹ ਸੋਚ ਦੇ ਨਾਲ ਪ੍ਰਣਾਈ ਹੋਈ ਜਿਹੜੀ ਗੱਲ ਸੀਗੀ, ਉਹ ਜਦੋਂ ਮੈਂ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਜਦੋਂ 1999 'ਚ ਕਿਤਾਬ ਛਪੀ ਤਾਂ ਉਦੋਂ ਵੀ ਇਹ ਸੋਚ ਸੀ, ਜਦੋਂ 2002 'ਚ ਉਸੇ ਕਿਤਾਬ ਨੂੰ ਸ਼ਾਹਮੁਖੀ 'ਚ ਕਰਕੇ ਛਾਪਿਆ ਗਿਆ, ਲਾਹੌਰ ਅਦਵੀ ਬੋਰਡਰ ਰਿਲੀਜ਼ ਕੀਤੀ ਗਈ, ਉਦੋਂ ਵੀ ਉਹ ਸੋਚ ਸੀ। ਔਰ ਉਹ ਸੋਚ ਸੀ ਕਿ ਬੇਸ਼ੱਕ ਸਾਡਾ ਵਿਰਸਾ ਵੰਡਿਆ ਗਿਆ, ਬੇਸ਼ੱਕ ਸਾਡੇ ਗੁਰੂ, ਸਾਡੇ ਪੈਗੰਬਰ, ਸਾਡਾ ਸੱਭਿਆਚਾਰ ਵੰਡਿਆ ਗਿਆ, ਪਰ ਵੰਡਣ ਵਾਲਿਆਂ ਨੇ ਬੇਸ਼ੱਕ ਲਕੀਰਾਂ ਖਿੱਚ ਦਿੱਤੀਆਂ, ਪਰ ਬੁੱਲਾ ਉੱਧਰ ਵੀ ਉਹਨੇ ਪਿਆਰ ਨਾਲ ਗਾਇਆ ਜਾਂਦਾ ਅਤੇ ਉੱਧਰ ਵੀ ਉਹਨੇ ਪਿਆਰ ਨਾਲ ਗਾਇਆ ਜਾਂਦਾ ਹੈ, ਬਾਦਸ਼ਾਹ ਉੱਧਰ ਵੀ ਉਹਨੇ ਪਿਆਰ ਨਾਲ ਗਾਇਆ ਜਾਂਦਾ ਹੈ ਅਤੇ ਉੱਧਰ ਵੀ ਉਹਨੇ ਪਿਆਰ ਨਾਲ ਗਾਇਆ ਜਾਂਦਾ ਹੈ। ਸ਼ਾਹ ਹੁਸੈਨ ਨੂੰ ਉਨਾ ਹੀ ਸਤਿਕਾਰ ਇੱਕ ਬੰਨੇ ਦਿੱਤਾ ਜਾਂਦਾ ਹੈ, ਉਨਾ ਹੀ ਦੂਜੇ ਬੰਨੇ ਦਿੱਤਾ ਜਾਂਦਾ ਹੈ। ਜੇ ਇੱਕ ਬੰਨੇ ਬਾਬਾ ਫਰੀਦ ਨੂੰ ਪਾਕ ਪੱਟਣ ਜਾ ਕੇ ਉਹਨਾਂ ਕੋਲੋਂ ਪਾਕ ਹੋਣ ਦੀਆਂ ਜੰਨਤ ਦੀਆਂ ਕੋਈ ਅਰਦਾਸਾਂ ਕਰਦਾ ਹੈ ਅਤੇ ਇੱਧਰ ਵੀ ਬਾਬਾ ਫਰੀਦ ਨੂੰ ਮੱਥੇ ਟੇਕ ਹੁੰਦੇ ਨੇ। ਸੋ ਸਾਡਾ ਵੰਡਣ ਵਾਲਿਆਂ ਨੇ ਬੇਸ਼ੱਕ ਬਹੁਤ ਕੁਛ ਵੰਡਿਆ, ਪਰ ਸਾਡਾ ਕੁਛ ਵੰਡ ਨਹੀਂ ਸਕੇ। ਅਤੇ ਮੈਂ ਉਹ ਕਵਿਤਾ ਦੇ ਵਿੱਚ ਗੱਲ ਕੀਤੀ ਸੀ, ਲੰਬੀ ਕਵਿਤਾ ਹੈ, ਕਵਿਤਾ ਨਹੀਂ ਕਹਿਣੀ, ਮੈਂ ਚਾਰ ਲੈਣਾ ਕਵਿਤਾ ਦੀਆਂ ਕਹਿਣੀਆਂ ਨੇ ਕਿ ਵਾਰਸ ਦੇ ਬੇਸ਼ੱਕ ਵੰਡੇ ਗਏ ਨੇ ਵਾਰਸ, ਵੰਡਣ ਵਾਲਿਆਂ ਨੇ ਵੰਡੇ, ਵਾਰਸ ਦੇ ਬੇਸ਼ੱਕ ਵੰਡੇ ਗਏ ਨੇ ਵਾਰਸ, ਪਰ ਵਾਰਸਾਂ ਤੋਂ ਵਾਰਸ ਵੰਡਿਆ ਨਹੀਂ ਜਾਣਾ। ਪੰਜਾਬ ਦੇ ਬੇਸ਼ੱਕ ਬਣ ਗਏ ਪੰਜਾਬ ਕਈ, ਪੰਜਾਬ ਤੋਂ ਪੰਜਾਬ ਹੈ ਪਰ ਭੰਡਿਆ ਨਹੀਂ ਜਾਣਾ। ਮੇਟ ਕੇ ਲਕੀਰ ਇੱਕ ਦਿਨ, ਮਿਲਣਗੇ ਵੀਰ ਇੱਕ ਦਿਨ, ਚਮਕੇਗੀ ਤਕਦੀਰ ਇੱਕ ਦਿਨ, ਬਦਲੇਗੀ ਤਸਵੀਰ ਇੱਕ ਦਿਨ, ਕੰਧਾਂ ਤੇ ਵਾੜਾਂ ਦੀ ਹੋਣੀ ਅਖੀਰ ਇੱਕ ਦਿਨ, ਇਕੱਠੇ ਹੋ ਕੇ ਗਾਵਾਂਗੇ ਵਾਰਸ ਦੀ ਹੀਰ ਇੱਕ ਦਿਨ। ਤੇ ਕੀ ਗਾਵਾਂਗੇ? ਭਾਈਆਂ ਬਾਜ ਨਾ ਮਜਲਸਾਂ ਸੁਣਦੀਆਂ ਨੇ, ਵਾਰਸ਼ਾ ਦੇ ਬੋਲ ਕਿ ਭਰਾ ਇਕੱਠੇ ਹੋਣਗੇ ਤੇ ਤਾਂ ਮਜਲਸਾਂ ਬਣਦੀਆਂ ਨੇ। ਵਾਰਸ਼ਾ ਕਹਿੰਦੇ ਇਕੱਠੇ ਹੋ ਕੇ ਗਾਵਾਂਗੇ ਵਾਰਸ ਦੀ ਹੀਰ ਇੱਕ ਦਿਨ। ਤੇ ਕੀ ਗਾਵਾਂਗੇ? ਭਾਈਆਂ ਬਾਜ ਨਾ ਮਜਲਸਾਂ ਸੁਣਦੀਆਂ ਨੇ, ਅਤੇ ਭਾਈਆਂ ਬਾਜ ਬਹਾਰ ਨਾਈ, ਭਾਈ ਮਰਨ ਤੇ ਪਾਉਂਦੀਆਂ ਭੱਜ ਬਾਹਾਂ, ਬਿਨਾਂ ਭਾਈਆਂ ਦੇ ਘਰ ਬਾਹਰ ਨਾਹੀ, ਲੱਖ ਓਟ ਹੈ ਕੋਲ ਵਸੰਦਿਆਂ ਦੀ, ਭਾਈਆਂ ਗਿਆ ਜਿਹੜੀ ਕਾਈ ਹਾਰ ਨਾਹੀ, ਭਾਈ ਢਾਉਂਦੇ ਭਾਈ ਉਸਾਰਦੇ ਨਹੀਂ, ਬਾਜ ਭਾਈਆਂ ਦੇ ਸੋਭ ਸੰਸਾਰ ਨਾਹੀ। ਸੋ ਅੱਜ ਖੁਸ਼ੀ ਦਾ ਦਿਨ ਹੈ ਕਿ ਭਰਾ ਇਕੱਠੇ ਹੋਏ ਨੇ, ਪੰਜਾਬੀ ਭਰਾ ਇਕੱਠੇ ਹੋਏ ਨੇ, ਉਹ ਭਰਾ ਇਕੱਠੇ ਹੋਏ ਨੇ ਜਿਹੜੇ ਪੀਸ ਚਾਹੁੰਦੇ ਨੇ, ਜਿਹੜੇ ਅਮਨ ਚਾਹੁੰਦੇ ਨੇ, ਜਿਹੜੇ ਹਾਰਮੋਨੀ ਚਾਹੁੰਦੇ ਨੇ, ਜਿਹੜੇ ਸ਼ਾਂਤੀ ਚਾਹੁੰਦੇ ਨੇ, ਜਿਹੜੇ ਦੁਨੀਆਂ ਨੂੰ ਅਮਨ ਪਿਆਰ ਦੇ ਵਿੱਚ ਵਸਣਾ ਦੇਖਣਾ ਚਾਹੁੰਦੇ ਨੇ। ਅਤੇ ਸਤਿਗੁਰੂ ਮੇਰਾ ਕਰੇ, ਸਾਡੇ ਪੈਗੰਬਰ ਮੇਰਾ ਕਰਨ, ਸਾਡੇ ਅਲੀ ਅੱਲਾ ਵਲੀ ਪੀਰ ਸਾਰੇ ਦੇ ਸਾਰੇ ਮੇਰਾ ਕਰਨ ਕਿ ਇਹ ਪੰਜਾਬ ਵਸਦਾ ਰਹੇ ਅਤੇ ਪੰਜਾਬ ਦੇ ਵਿੱਚੋਂ ਇੱਕ ਅਮਨ ਦੀ ਗੱਲ, ਇੱਕ ਸ਼ਾਂਤੀ ਦੀ ਗੱਲ, ਇੱਕ ਖੁਸ਼ਹਾਲੀ ਦੀ ਗੱਲ, ਔਰ ਜਿਹੜੀ ਦੁਨੀਆਂ ਆਪਸੀ 'ਚ ਲੜ ਰਹੀ ਹੈ। ਕਦੀ ਪੰਜਾਬ ਤੋਂ ਆਵਾਜ਼ ਉੱਠੀ ਸੀ ਜਿਹਦੇ ਬਾਰੇ ਅਲਾਮਾ ਇਕਬਾਲ ਜੀ ਨੇ ਆਖਿਆ ਸੀ, ਆਖਰ ਸਦਾ ਤੋਹੀਦ ਕੀ ਉੱਠੀ ਪੰਜਾਬ ਸੇ, ਹਿੰਦ ਤੋਂ ਇੱਕ ਮਰਦੇ ਕਾਮਲ ਨੇ ਜਗਾਇਆ ਖਾਬ ਸੇ। ਅੱਜ ਫਿਰ ਦੁਨੀਆਂ ਉਸ ਵਾਂਗੂ ਲੜ ਰਹੀ ਹੈ। ਗੁਰੂ ਨਾਨਕ ਸਾਹਿਬ ਉਦੋਂ ਮੱਕੇ ਮਦੀਨੇ ਤੱਕ ਵੀ ਗਏ ਸਨ, ਉਦੋਂ ਰੋਮ ਤੱਕ ਵੀ ਆਏ ਸਨ, ਅਤੇ ਰੋਮ ਨਾਲ ਜਿਹੜੀ ਅੱਗੇ ਪੋਪ 'ਚ ਗੱਲ ਕੀਤੀ, ਜਿਹਦਾ ਕਿ ਰਿਕਾਰਡ ਮਿਲਦਾ, ਜਿਹਦੀ ਗੱਲ ਕਿ ਬਹੁਤ ਥੋੜ੍ਹੀ ਜ਼ਬਾਨ 'ਚ ਕੀਤੀ ਜਾਂਦੀ ਆ, ਕਿ ਉਦੋਂ ਦੁਨੀਆਂ ਦੇ 'ਚ ਗੁਲਾਮ ਵੇਚੇ ਜਾਂਦੇ ਸਨ, ਅਤੇ ਗੁਰੂ ਨਾਨਕ ਨੇ ਪੋਪ ਨੂੰ ਕਿਹਾ ਸੀ ਕਿ ਤੁਹਾਡੇ ਧਰਮਾਂ ਦੇ ਵੱਲੋਂ ਗੁਲਾਮ ਬਣਾ ਕੇ ਲੋਕ ਜਿਹੜੇ ਵੇਚੇ ਜਾਂਦੇ ਨੇ, ਇਹ ਬੰਦ ਹੋਣੇ ਚਾਹੀਦੇ, ਇੱਕ ਗੱਲ। ਅਤੇ ਦੂਜੀ ਗੱਲ, ਇਹਨਾਂ ਧਰਮਾਂ ਦੇ ਨਾਂ 'ਤੇ ਕਸ਼ੀਦਗੀ ਪੈਦਾ ਹੋ ਰਹੀ ਹੈ। ਗੁਰੂ ਨਾਨਕ ਦੇ ਵੇਲੇ ਵੀ ਇੱਕ ਪੈਦਾ ਹੋਈ ਸੀ ਕਿ ਇੱਕ ਬੰਨੇ ਈਸਾਈ ਤਾਕਤ ਹੈ, ਇੱਕ ਬੰਨੇ ਇਸਲਾਮ ਤਾਕਤ ਹੈ, ਦੋਨੇ ਲੜ ਰਹੇ, ਇਹ ਤੁਹਾਡੇ ਵੱਲੋਂ ਯਤਨ ਹੋਣੇ ਚਾਹੀਦੇ, ਦੋਨੇ ਲੜਾਈ ਬੰਦ ਕੀਤੀ ਜਾਵੇ। ਧਰਮਾਂ ਦੀ ਲੜਾਈ ਜੇ ਬੰਦ ਨਾ ਕੀਤੀ ਗਈ, ਜੇ ਲੋਕਾਂ ਨੂੰ ਗੁਲਾਮ ਬਣਾਉਣ ਤੋਂ ਬੰਦ ਨਾ ਕੀਤਾ ਗਿਆ, ਤਾਂ ਦੁਨੀਆਂ 'ਚ ਸ਼ਾਂਤੀ ਨਹੀਂ ਰਹੇਗੀ, ਅਮਨ ਨਹੀਂ ਰਹੇਗੀ। ਅਤੇ ਅੱਜ ਫਿਰ ਜਿਹੜਾ ਸੰਦੇਸ਼ ਉਦੋਂ ਗੁਰੂ ਨਾਨਕ ਨੇ ਦਿੱਤਾ ਸੀ, ਜਿਹੜਾ ਸੰਦੇਸ਼ ਹਜ਼ੂਰ ਹਜ਼ਰਤ ਮੁਹੰਮਦ ਸਾਹਿਬ ਨੇ ਆਪਣੇ ਸਮਾਜ ਦਿੱਤਾ, ਉਹਨਾਂ ਨੇ ਆਪਣੀ ਕਿਰਪਾਨ 'ਤੇ ਵੀ ਕਿਤੇ ਲੋੜ ਪਈ 'ਤੇ ਲਿਖ ਦਿੱਤਾ ਕਿ ਮੇਰੀ ਮੈਂ ਮੁਹੱਬਤ ਦਾ ਪੈਗਾਮ ਲੈ ਕੇ ਆਇਆ। ਮੁਹੱਬਤ ਦਾ ਪੈਗਾਮ ਅੱਜ ਪੰਜਾਬ ਦੀ ਧਰਤੀ 'ਤੇ ਉੱਠੇ, ਕਰਤਾਰਪੁਰ ਤੋਂ ਉੱਠੇ। ਦੁਨੀਆਂ ਜਿਹੜੀ ਆਪਸ 'ਚ ਖਹਿਰ ਰਹੀ ਹੈ, ਆਪਸ 'ਚ ਲੜ ਰਹੀ ਹੈ, ਆਪਸ 'ਚ ਝਗੜ ਰਹੀ ਹੈ, ਆਪਸ 'ਚ ਈਰਖਾ ਕਰ ਰਹੀ ਹੈ, ਉਹ ਈਰਖਾ ਦੂਰ ਹੋਵੇ, ਇੱਕ ਬਿਲਕੁਲ ਇੱਕ ਇਨਕਲਾਬ ਵਾਂਗੂ ਆਵਾਜ਼ ਇਸ ਕਰਤਾਰਪੁਰ ਤੋਂ ਉੱਠਣੀ ਚਾਹੀਦੀ ਹੈ, ਉਹਦੀ ਸ਼ੁਰੂਆਤ ਹੋਈ ਹੈ। ਆਪਾਂ ਸਾਰੇ ਯਤਨ ਕਰੀਏ। ਸਾਡਾ ਸਤਿਗੁਰੂ ਕਹਿੰਦਾ ਹੈ ਕਿ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤਿੱਥੇ ਲਿਓ ਬਾਹਰ, ਜਿੱਥੋਂ ਵੀ ਉੱਭਰ ਸਕਦਾ ਹੈ। ਜਗਤ ਜਲ ਰਿਹਾ ਹੈ, ਇਹ ਜਲਦਾ ਬਲਦਾ ਜਗਤ ਬੰਦ ਹੋਣਾ ਚਾਹੀਦਾ ਹੈ, ਸ਼ਾਂਤੀ ਹੋਣੀ ਚਾਹੀਦੀ ਹੈ, ਪਰ
ਤੇ ਸ਼ਾਂਤੀ ਹੋਣੀ ਚਾਹੀਦੀ ਆ। ਤੇ ਜ਼ਰੂਰੀ ਨਹੀਂ ਕਿ ਮੇਰੇ ਰਸਤੇ ਰਾਹੀਂ ਹੋਵੇ, ਜਿੱਤ ਦੁਆਰੇ ਉੱਪਰੇ ਜਿੱਥੇ ਲਿਓ ਬਾਹਰ ਤੇ ਗੁਰੂ ਮਿਹਰ ਕਰੇ, ਸਤਿਗੁਰੂ ਮਿਹਰ ਕਰੇ, ਸਾਡੇ ਪੈਗੰਬਰ ਮਿਹਰ ਕਰਨ, ਉਹ ਦੁਆਰ ਕਰਤਾਰਪੁਰ ਦਾ ਦੁਆਰ ਹੋ ਜਾਏ। ਇੰਨੇ ਸ਼ਬਦਾਂ ਦੇ ਨਾਲ ਜਿਨ੍ਹਾਂ ਵੀਰਾਂ ਨੇ ਇੰਡੋ ਪਾਕ ਸੰਸਥਾ ਵੱਲੋਂ ਇਹ ਮਜਲਿਸ ਜੋੜੀ ਆ, ਸਾਨੂੰ ਜੋੜਿਆ, ਉਹਨਾਂ ਨੂੰ ਵਧਾਈ ਦਿੰਦਾ, ਹਿਰਦੇ ਤੋਂ ਧੰਨਵਾਦ ਆਪਣੇ ਸਭ ਵੀਰਾਂ ਦਾ। ਮੈਂ ਸੋਚਦਾ ਕਿ ਕਦੇ ਇੱਕ ਵੀਰ ਦਾ ਨਾਂ ਲਵਾਂਗਾ ਅਤੇ ਬਾਕੀ ਸਾਰੇ ਕਦੇ ਮਨ ਦੇ ਵਿੱਚ ਨਾ ਬਹਿ ਜਾਣ। ਸਾਰੇ ਹੀ ਸਤਿਕਾਰਯੋਗ ਹੋ, ਸਾਡੇ ਐਮ ਪੀ ਸਾਹਿਬ ਆਏ ਬੈਠੇ ਨੇ, ਪੀ ਅਸਮਾਨ ਜੀ ਉਹਨਾਂ ਦੇ ਕੋਲ ਬੈਠੇ ਨੇ, ਇੱਧਰਲੇ ਬੰਨੇ ਵੀਰ ਗਰੇਵਾਲ ਸਾਹਿਬ ਜੀ, ਔਰ ਸਾਰੇ ਵੀਰ ਜਿਹੜੇ ਨੇ, ਸਾਰੇ ਸਤਿਕਾਰ ਦੇ ਪਾਤਰ ਨੇ। ਇੱਦਾਂ ਹੀ ਜੋੜਨ ਦੇ ਰਸਤੇ 'ਤੇ ਆਪਾਂ ਤੁਰੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਰਾਧਾ ਸਾਹਿਬ, ਹਾਂਜੀ, ਬਹੁਤ ਬਹੁਤ ਧੰਨਵਾਦ ਜੀ।